ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਇੱਕ ਬਹੁਤ ਹੀ ਭੈੜੀ ਔਰ ਨੀਵੇਂ ਪੱਧਰ ਦੀ ਵੀਡੀਓ ਹੈ ਜਿਹੜੀ ਇਕਬਾਲ ਸਿੰਘ ਨੇ ਰਿਲੀਜ਼ ਕੀਤੀ ਹੈਗੀ, ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਆਪਣੇ ਪੁੱਤਰ ਦੇ ਕਿਰਦਾਰ ਨੂੰ ਔਰ ਉਹਦੀਆਂ ਕੀਤੀਆਂ ਹੋਈਆਂ ਭੈੜੀਆਂ ਗੱਲਾਂ ਨੂੰ ਇਹ ਡਿਫੈਂਡ ਕਰ ਰਿਹਾ ਔਰ ਬੜੇ ਭੈੜੇ ਤਰੀਕੇ ਨਾਲ ਡਿਫੈਂਡ ਕਰ ਰਿਹਾ। ਤੋ ਵੋ ਬੋਲਤਾ ਹੈ ਵੀ ਹਮਕੋ ਕੋਈ ਹੋਸ਼ ਨਹੀਂ ਹੈ, ਉਹ ਖਾਣੇ ਮੇਂ ਪਤਾ ਨਹੀਂ ਹਮਕੋ ਕਿਆ ਖਿਲਾਇਆ ਹੈ, ਹਮਕੋ ਕੋਈ ਹੋਸ਼ ਨਹੀਂ ਥਾ। ਪਹਿਲੀ ਗੱਲ ਤਾਂ ਇਹ ਹੈਗੀ ਵੀ ਇਸ ਨੂੰ ਕਿਵੇਂ ਪਤਾ ਵੀ ਇਹ ਸਵਾ ਚਾਰ ਸਾਲ ਪੁਰਾਣੀ ਹੈ, ਪ੍ਰਿਸਾਈਜ਼ਲੀ ਸਵਾ ਚਾਰ ਸਾਲ ਕਹਿ ਰਿਹਾ ਹੈ ਬਈ ਇਹ ਸਵਾ ਚਾਰ ਸਾਲ ਪੁਰਾਣੀ ਹੈਗੀ। ਔਰ ਸਭ ਤੋਂ ਵੱਡਾ ਗੁਨਾਹ ਇਹ ਹੈਗਾ ਵੀ ਇਹਦਾ ਲੜਕਾ ਤਖ਼ਤ ਪਟਨਾ ਸਾਹਿਬ ਦੀ ਪੈਰੀਫਰੀ ਦੇ ਵਿੱਚ ਜਿੱਦਾਂ ਇਹ ਜਥੇਦਾਰ ਹੈ ਉੱਥੇ ਬੋਤਲ ਖੋਲ੍ਹ ਕੇ ਸ਼ਰਾਬ ਵੀ ਪੀ ਰਿਹਾ ਔਰ ਉੱਥੇ ਸਿਗਰਟ ਨੋਸ਼ੀ ਵੀ ਕਰ ਰਿਹਾ। ਇਸ ਗੁਨਾਹ ਦੀ ਕੋਈ ਮਾਫ਼ੀ ਨਹੀਂ ਹੈ ਕਈ। ਇਹ ਬਕਵਾਸ ਕਰਦਾ ਵੀ ਉਹ ਨਸ਼ੇ ਵਿੱਚ ਸੀ, ਨਸ਼ੇ ਵਿੱਚ ਇਹ ਜੇ ਕਸ਼ ਨਹੀਂ ਲਾ ਸਕਦਾ ਜੋ ਜੇ ਕਸ਼ ਉਹ ਲਗਾ ਰਿਹਾ ਹੈ। ਕਿਆ ਆਪ ਕਿਆ ਕੈਸੇ ਉਨਕੋ ਫਿਰ ਪੁੱਤਰ ਕੈਸੇ ਮਾਨੇਂਗੇ ਕਿ ਕਿਆ ਉਨਕੋ ਨਿਰਦੋਸ਼ ਸਾਬਤ ਹੋ ਜਾਤਾ ਹੈ ਤਬ ਤੋ ਫਿਰ ਉਹ ਕੋਈ ਦਿੱਕ ਵੋ ਵੀਡੀਓ ਜਿਸ ਤਰ੍ਹਾਂ ਸੇ ਹੈ ਇਹ ਸਾਫ ਦਿਖ ਰਹਾ ਹੈ ਕਿ ਫੁੱਲੀ ਵੋ ਇੰਜੋਏ ਕਰ ਰਹੇ ਹੈ। तो ऐसे में ऐसा नहीं लगता है कि बेहोशी हालत में भी कोई आदमी कुछ कर सकता है ना? बेहोश नहीं, सिगरेट पी रहा। सब तो बड़ी गल है भी ये तकत दी पेरिफेरी दे विच कि उहदे घर बैठ के नहीं सिगरेट नोशी करता होना, कोई मनेगा भी वह सिगरेट घर च नहीं पींदा होना। फिर नू अपने पुत्र को बदबू नहीं आती सिगरेट पीने तो बाद भी ये सिगरेट पी के आया है। बड़ा गुनाहगार आदमी है और ये ਬਦਫੈਲੀ ਵੀ ਕਰਦਾ ਜਨਾਨੀਆਂ ਦੇ ਨਾਲ, ਜਿਹਦੀ ਸ਼ਿਕਾਇਤ ਜਿਹੜੀ ਹੈ ਇਹਦੀ ਬੀਵੀ ਨੇ ਅਕਾਲ ਤਖ਼ਤ 'ਤੇ ਵੀ ਕੀਤੀ ਹੋਈ ਹੈ। ਦੂਸਰਾ ਇਹਦਾ ਗੁਨਾਹ ਹੈਗਾ ਇਹ ਸੰਰਕਸ਼ਣ ਬਣਿਆ ਹੋਇਆ ਹੈ ਉਹਦਾ ਆਪਣੇ ਪੁੱਤਰ ਦਾ। ਅਗਰ ਤੂੰ ਇਸਕਾ ਪਰੂਫ ਦੋ ਵੀ ਇਹ ਗਲਤ ਹੈ, ਧੋਖੇ ਸੇ ਹੁਆ ਹੈ ਔਰ ਹਮਕੋ ਇਸਕਾ ਹੋਸ਼ ਨਹੀਂ ਥਾ, ਹਮਕੋ ਕੁਛ ਖਿਲਾਇਆ ਗਿਆ ਹੈ, ਉਸ ਬਾਅਦ ਉਸਨੇ ਬਤਾਇਆ ਲਿਖ ਕਰਕੇ ਭੇਜਾ ਹੈ। ਕਿਸੇ ਵੀ ਸੂਰਤ ਕਿਸ ਚੀਜ਼ ਦੀ ਤੂੰ ਇਨਕੁਆਇਰੀ ਕਰੇਗਾ? ਕੋਈ ਤੇਰੇ ਪੁੱਤਰ ਨੇ ਕੋਈ ਚੋਰੀ ਕੀਤੀ ਹੈ, ਉਹਨੇ ਤੇ ਸਿਗਰਟ ਪੀ ਕੇ ਉਹਨੇ ਵੀਡੀਓ ਖਿਚਾਈ ਹੈ ਤੇ ਵੀਡੀਓ ਜਿਹੜੀ ਹੈ ਵਾਇਰਲ ਹੋ ਗਈ ਹੈ। ਉਸ ਸਿਰ ਪਰ ਬਹੁਤ ਜ਼ਿਆਦਾ ਤਲਵਾਰੇ ਲਗੀ ਥੀ, ਚੋਟ ਲਗੀ ਥੀ, ਉਸ ਮੇਂ ਵੋ ਡਿਪਰੈਸ਼ਨ ਮੇਂ ਵੀ ਥਾ, ਸਿਰ ਪਰ ਦਰਦ ਵੀ ਥਾ, ਤੋ ਉਸਕੀ ਹਾਈ ਡੋਜ ਜੋ ਮੈਡੀਸਨ ਹੈ ਵੋ ਸਿਰ ਕੀ ਦਵਾਈ ਵੀ ਚੱਲ ਰਹੀ ਥੀ। ਪੁੱਤਰ ਤੇਰਾ ਤੂੰ ਕਹਿ ਰਿਹਾ ਜੀ ਉਹਨੂੰ ਨਸ਼ਾ ਦੇ ਦਿੱਤਾ ਜੀ, ਉਹਨੂੰ ਤਲਵਾਰ ਲੱਗੀ ਜੀ, ਕਿੱਥੇ ਤਲਵਾਰ ਲੱਗੀ? ਝੂਠ ਬੋਲਦਾ, ਤੈਨੂੰ ਸ਼ਰਮ ਨਹੀਂ ਆਉਂਦੀ ਝੂਠ ਬੋਲਦਿਆਂ? ਤਖ਼ਤ 'ਤੇ ਬੈਠ ਕੇ ਤੇਰੇ ਵਰਗਾ ਬੰਦਾ ਝੂਠ ਬੋਲੇ? ਡੋ ਮਾਰ ਸ਼ਰਮ ਸ਼ਰਮ ਨਾਲ। ਔਰ ਮੈਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਨੀ ਚਾਹਾਂਗਾ, ਕੋਈ ਕਿਸੇ ਕਿਸਮ ਦੀ ਰੂਹ ਰਿਆਤ ਇਹ ਜੇ ਬੰਦੇ ਨਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹ ਇੱਕ ਕਲੰਕ ਹੈਗਾ ਪੰਥ ਦੇ ਉੱਪਰ। ਗੈਟ ਰਿਡ ਆਫ ਹਿਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।